ਤੇ ਮਹਿੰਗੀ ਜਗ੍ਹਾ ਤੇ ਅੱਖ ਇਹਨਾਂ ਦੇ ਤਕੜੇ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਸਰਕਾਰਾਂ ਆ ਉਹਨਾਂ ਦੀ ਅੱਖ ਉਹਨਾਂ ਦੀ ਹਮੇਸ਼ਾ ਹੀ ਰਹੀ ਹੈ। 40-40 ਸਾਲ ਤੋਂ ਇੱਥੇ ਬੈਠੇ ਆ, ਉਹਨਾਂ ਨੂੰ ਉਜਾੜ ਕੇ ਇੱਥੇ ਕਲੋਨੀ ਕੱਟਣਾ ਚਾਹੁੰਦੇ ਆ ਕਿ ਤੁਸੀਂ ਭੁਲੇਖੇ 'ਚ ਨਾ ਰਹੋ, ਅਸੀਂ ਇੱਕ ਵੀ ਇੱਥੋਂ ਇੱਟ ਕਿਸੇ ਵੀ ਤਰੀਕੇ ਨਾਲ ਕਿਸੇ ਗਰੀਬ ਦੀ ਪੱਟਣ ਨਹੀਂ ਦੇਵਾਂਗੇ। ਹੁਣ ਉਹ ਲਤੀਫਪੁਰ ਵਾਲਾ ਲੋਕਾਂ ਨੇ ਕੀ ਜਵਾਬ ਦਿੱਤਾ, 60,000 ਦੇ ਬੰਦਾ ਜਤਾਤਾ ਜਨਰਲ, ਲੋਕਾਂ ਨੂੰ ਲੱਗਦਾ ਵੀ ਸਾਡੇ ਤਾਂ ਯਾਰ ਟੁੱਟੇ ਜੇ ਘਰ ਆਏ ਤਾਂ ਬੈੱਡਰੂਮ ਬਣਾ ਕੇ ਦੇਣਗੇ, ਇਹ ਛਲਾਵਾ ਹੈ। ਫਲੈਟ ਬਣਾ ਦੇਣਗੇ, ਕੁੱਕੜ ਵਾਂਗੂ ਵਿੱਚ ਤਾੜ ਦੇਣਗੇ, ਭੂਰਾ ਭੂਰਾ ਦੇ ਜਿਹੜੇ ਕਮਰੇ ਹੋਣੇ ਆ। ਦੇਖੋ ਇਹ ਜਿਵੇਂ ਜਲੰਧਰ ਦੇ ਵਿੱਚ ਇਹਨਾਂ ਨੇ ਲਤੀਫਪੁਰੇ ਦੇ ਅੰਦਰ ਗਰੀਬਾਂ ਦੇ ਘਰ ਢਾਏ ਜਿਹੜੇ ਪਿਛਲੇ  50-60 ਸਾਲ ਤੋਂ ਬੈਠੇ ਸੀ, ਇਸ ਤਰ੍ਹਾਂ ਹੀ ਇਹ ਬਠਿੰਡਾ ਵਾਲੀ ਧੋਬੀ ਆਣਾ ਬਸਤੀ ਵੱਜਦੀ ਹੈ ਜਿਹਦੇ ਵਿੱਚ ਲੋਕ ਪਿਛਲੇ 40-40 ਸਾਲ ਤੋਂ ਰਹਿ ਰਹੇ ਨੇ। ਮੀਟਰ ਵੀ, ਬਿਜਲੀ ਦਾ ਵੀ, ਸਾਰਾ ਕੁਛ ਉਹਨਾਂ ਦੇ ਨਾਂ ਹੈ, ਪਾਣੀ ਵਾਲਾ ਵੀ। ਇੱਥੇ ਕਈ ਸਰਕਾਰਾਂ ਆਈਆਂ 40 ਸਾਲ 'ਚ, ਗ੍ਰਾਂਟਾਂ ਵੀ ਲੱਗੀਆਂ, ਪਰ ਹੁਣ ਨਵਾਂ ਇਹਨਾਂ ਨੇ ਆਪਣਾ ਕੱਢ ਲਿਆ ਇੱਕ ਕਾਨੂੰਨ। DC ਬਠਿੰਡਾ ਨੇ, ਪੁੱਡਾ ਨੇ, ਕਹਿੰਦੇ ਪੁੱਡਾ ਦੀ ਜਗ੍ਹਾ ਜੀ ਇਹ, ਕਿਉਂਕਿ ਮਹਿੰਗੀ ਜਗ੍ਹਾ ਅਤੇ ਮਹਿੰਗੀ ਜਗ੍ਹਾ 'ਤੇ ਅੱਖ ਇਹਨਾਂ ਦੇ ਤਕੜੇ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਸਰਕਾਰਾਂ ਉਹਨਾਂ ਦੀ ਅੱਖ ਉਹਨਾਂ ਦੀ ਹਮੇਸ਼ਾ ਹੀ ਰਹੀ ਹੈ। ਇਹ ਗਰੀਬਾਂ ਨੂੰ ਉਜਾੜ ਕੇ ਜਿਹੜੇ 40-40 ਸਾਲ ਤੋਂ ਇੱਥੇ ਬੈਠੇ ਆ ਉਹਨਾਂ ਨੂੰ ਉਜਾੜ ਕੇ ਇੱਥੇ ਕਲੋਨੀ ਕੱਟਣਾ ਚਾਹੁੰਦੇ ਆ ਪੁੱਡਾ ਜਿਹੜੀ ਹੈਗੀ ਆ, ਪਰ ਇਹ ਕਿਸੇ ਵੀ ਕੀਮਤ ਦੇ ਉੱਤੇ ਇਹ ਸਰਕਾਰ ਨੂੰ ਚੇਤਾਵਨੀ ਹੈ, ਇਹ ਪ੍ਰਸ਼ਾਸਨ ਨੂੰ ਚੇਤਾਵਨੀ ਹੈ, ਪੁੱਡਾ ਨੂੰ ਕਹਿ ਦਿੰਦੇ ਹਾਂ ਕਿ ਤੁਸੀਂ ਭੁਲੇਖੇ 'ਚ ਨਾ ਰਹੋ, ਅਸੀਂ ਇੱਕ ਵੀ ਇੱਥੋਂ ਇੱਟ ਕਿਸੇ ਵੀ ਤਰੀਕੇ ਨਾਲ ਕਿਸੇ ਗਰੀਬ ਦੀ ਪੱਟਣ ਨਹੀਂ ਦੇਵਾਂਗੇ। ਇਹ ਲਤੀਫਪੁਰੇ ਵਾਲਾ ਵੀ ਦੇਖਿਆ ਕਿਵੇਂ ਇਹਨਾਂ ਨੇ ਘਾਣ ਕੀਤਾ, ਪਰ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਕਿ ਜਿਹੜੀਆਂ ਸਰਕਾਰਾਂ ਲੋਕਾਂ ਦੇ ਘਰ ਢਾਉਂਦੀਆਂ ਨੇ, ਲੋਕਾਂ ਨੂੰ ਉਜਾੜਦੀਆਂ ਨੇ, ਲੋਕਾਂ ਦੇ ਪੁੱਤ ਚਿੱਟਿਆਂ ਨਾਲ ਮਰਦੀਆਂ ਨੇ, ਲੋਕਾਂ ਨੂੰ ਕੁੱਟਦੀਆਂ ਨੇ, ਲੁੱਟਦੀਆਂ ਨੇ, ਉਹੀ ਸਰਕਾਰਾਂ ਦੇ ਬੰਦੇ ਫਿਰ ਜਿੱਤ ਜਾਂਦੇ ਆ। ਹੁਣ ਉਹ ਲਤੀਫਪੁਰੇ ਵਾਲਾ ਲੋਕਾਂ ਨੇ ਕੀ ਜਵਾਬ ਦਿੱਤਾ, 60,000 ਦੇ ਬੰਦਾ ਜਿਤਾਤਾ ਜਨਰਲ, ਕੀ ਸਮਝ ਗਏ ਫਿਰ ਇਹਨੂੰ ਅਸੀਂ, ਕਿਉਂਕਿ ਅਸੀਂ ਲੋਕ ਇਕੱਠੇ ਨਹੀਂ ਹੈਗੇ, ਅਸੀਂ ਵੋਟਾਂ ਵੇਲੇ ਆ ਕੇ ਧੜਿਆਂ 'ਚ ਵੰਡੇ ਜਾਂਦੇ ਹਾਂ, ਪਾਰਟੀਆਂ 'ਚ ਵੰਡੇ ਜਾਣੇ ਆ, ਕਿਸੇ ਨਿੱਜੀ ਗਰਜਾਂ ਕਰਕੇ, ਕਿਸੇ ਨਿੱਜੀ ਲਾਲਚਾਂ ਕਰਕੇ ਇਹਨਾਂ ਨਾਲ ਚੜ੍ਹ ਜਾਂਦੇ ਹਾਂ, ਅਤੇ ਮੁੜ ਕੇ ਫਿਰ ਸਰਕਾਰਾਂ ਨੂੰ ਵੀ ਪਤਾ ਵੀ ਜੋ ਮਰਜ਼ੀ ਕਰੋ, 5 ਸਾਲ ਲੋਕਾਂ ਨੂੰ ਕੁੱਟੋ, ਲੁੱਟੋ, ਮਾਰੋ, ਉਜਾੜੋ, ਮੌਕੇ 'ਤੇ ਆ ਕੇ ਲੋਕਾਂ ਨੂੰ ਬਰਿਆ ਲਾਂਗੇ। ਉਹ ਹਾਲਾਤ ਸਾਡੇ ਹੈ, ਇਹ ਅੱਜ ਦਾ ਨਹੀਂ ਹੋ ਰਿਹਾ, ਪਹਿਲੇ 70 ਸਾਲ ਤੋਂ ਲੋਕਾਂ ਨਾਲ, ਗਰੀਬਾਂ ਨਾਲ ਖਾਸ ਕਰਕੇ ਇਹੀ ਕੁਛ ਹੋ ਰਿਹਾ। ਉਜਾੜਾ ਤਾਂ ਗਰੀਬਾਂ ਦਾ ਹੁੰਦਾ, ਇਹ ਡਰਾਮੇ ਆ ਜਿਹੜੀਆਂ ਮੈਂ ਆ ਮੇਰੇ ਕੋਲ ਇਹਨਾਂ ਦਾ ਫਾਰਮ ਜਿਹੜਾ ਭਰਾ ਰਹੇ ਆ ਪੁੱਡਾ ਵਾਲੇ, ਮੈਂ ਪੜ੍ਹਿਆ ਕਿ ਤੁਹਾਨੂੰ ਬੈੱਡਰੂਮ ਬਣਾ ਕੇ ਦੇਵਾਂਗੇ। ਹੁਣ ਲੋਕਾਂ ਨੂੰ ਲੱਗਦਾ ਵੀ ਸਾਡੇ ਤਾਂ ਯਾਰ ਟੁੱਟੇ ਜੇ ਘਰ ਆਏ ਤਾਂ ਬੈੱਡਰੂਮ ਬਣਾ ਕੇ ਦੇਣਗੇ, ਇਹ ਛਲਾਵਾ ਹੈ, ਇਹ ਇੱਕ ਬਹੁਤ ਵੱਡਾ ਇਹਨਾਂ ਨੂੰ ਤਰੀਕੇ ਨਾਲ ਗੁੰਮਰਾਹ ਕੀਤਾ ਜਾਣਾ ਵੀ ਤੁਹਾਡੇ ਬੈੱਡਰੂਮ ਬਣਾ ਕੇ ਦੇਵਾਂਗੇ। ਉਹ ਇਹਨਾਂ ਨੂੰ ਕੁੱਕੜਖਾਨੇ ਜੇ ਬਣਾ ਦੇਣਗੇ, ਉੱਚਾ ਫਲੈਟ ਬਣਾ ਦੇਣਗੇ, ਕੁੱਕੜ ਵਾਂਗੂ ਵਿੱਚ ਤਾੜ ਦੇਣਗੇ, ਭੂਰਾ ਭੂਰਾ ਦੇ ਹੋ ਜਿਹੜੇ ਕਮਰੇ ਹੋਣੇ ਆ। 15 ਲੱਖ ਬਠਿੰਡੇ ਦੇ ਅੰਦਰ, ਜਿੱਥੇ ਆਹ ਦਿਲ ਆ ਬਠਿੰਡੇ ਦਾ, ਜਿੱਥੇ ਆਪਾਂ ਖੜ੍ਹੇ ਹਾਂ ਵਿਚਾਲਾ, ਇੱਥੇ 15 ਲੱਖ ਤੁਸੀਂ ਦੇਖ ਲਓ ਕਿੰਨਾ ਕਹੂ, ਉਹ ਮਸਾਂ 8x8 ਦਾ ਕਮਰਾ ਹੋਊ। ਅਤੇ ਅੱਜ ਇਹ ਲੋਕ ਵਧੀਆ ਆਪਣੀ ਜ਼ਿੰਦਗੀ, ਵਿਚਾਰੇ ਗਰੀਬ ਬੰਦੇ ਆ, ਕੋਈ ਇੱਥੇ ਰਿਕਸ਼ਾ ਚਲਾਉਂਦਾ, ਕੋਈ ਰੇਹੜੀ ਲਾਉਂਦਾ, ਕੋਈ ਕੁਛ ਕਰਦਾ, ਕੋਈ ਮਿਸਤਰੀ ਆ, ਕੋਈ ਮਜ਼ਦੂਰੀ ਕਰਦਾ, ਇਹ ਵਿਚਾਰੇ ਟਾਈਮ ਪਾਸ ਕਰਨ ਵਾਲੇ ਲੋਕ ਆ। ਇਹਨਾਂ ਨਾਲ ਯਾਰ ਅੱਜ ਸਰਕਾਰਾਂ ਧੱਕਾ ਕਰਨ 'ਤੇ ਆ ਗਈਆਂ। ਦੇਖੋ ਸਹਿਮਤ ਵਾਲੀ ਜਿਹੜੀ ਗੱਲ ਹੁੰਦੀ ਆ ਨਾ, ਉਹ ਦੋ ਗੱਲਾਂ ਕਰ ਰਿਹਾ ਪ੍ਰਸ਼ਾਸਨ, ਇੱਕ ਤਾਂ ਡਰਾ ਰਿਹਾ ਸੁੱਡ ਦੇ ਪਰਚੇ ਹੋ ਜਾਣਗੇ ਜੇ ਇੱਕ ਵਾਰੀ ਤੁਹਾਨੂੰ ਡਰਾ ਕਰਤਾ, ਪਰ ਤੁਹਾਡਾ ਕਿਤੇ ਰੈਣ ਬਸੇਰਾ ਨਹੀਂ ਬਣਨਾ, ਹੁਣ ਤੁਸੀਂ ਸਾਡੇ ਕੋਲੋਂ ਬੈੱਡਰੂਮ ਲੈ ਲਓ, ਘਰ ਲੈ ਲਓ। ਇਹ ਹੁਣ ਜਿਹੜਾ ਗਰੀਬ ਬੰਦਾ ਉਹਨੇ ਸਮਝ ਹੀ ਨਹੀਂ ਹੁੰਦੀ ਵੀ ਇਹਨਾਂ ਦਾ ਪਤਾ ਕੱਲ੍ਹ ਨੂੰ ਸਰਕਾਰ ਦਾ ਕਿੰਨਾ ਠਾ ਦੇ। ਦੂਜਾ ਹੈਗਾ ਜਿਹੜਾ ਗਮਰਾਹ ਪ੍ਰਚਾਰ ਜਿਹੜਾ ਹੋ ਰਿਹਾ ਵੀ ਬੈੱਡਰੂਮ ਦੇਵਾਂਗੇ, ਕੁਝ ਲੋਕ ਛਲਾਵੇ 'ਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆ ਜਾਂਦੇ ਆ ਲੋਕ ਵੀ ਯਾਰ ਕੋਈ ਗੱਲ ਨਹੀਂ, ਚਲੋ ਆਪਣੇ ਟੁੱਟਿਆ ਘਰ ਦੇ ਆਪਾਂ ਵਧੀਆ ਬਣਾ ਲਾਂਗੇ, ਇਹ ਸਾਰਾ ਡਰਾ ਕੇ ਧਮਕਾ ਕੇ। ਤੀਜੀ ਗੱਲ ਹੁੰਦੀ ਹੈ ਕਿ ਜਿਹੜਾ ਗਰੀਬ ਬੰਦਾ ਵਿਚਾਰਾ, ਜਿਹੜਾ ਅਨਪੜ੍ਹ ਬੰਦਾ, ਉਹਨੂੰ ਸਮਝ ਵੀ ਨਹੀਂ ਹੁੰਦੀ, ਉਹਨੂੰ ਹੁੰਦਾ ਵੀ ਯਾਰ ਚਲੋ ਬਾਕੀ ਲੋਕ ਡਰ ਜਾਂਦੇ ਨੇ, ਹੁਣ ਧਾਰ ਚੜ੍ਹ ਕੇ ਆ ਜਾਂਦੀ ਹੈ ਇੱਥੇ, ਲੈ ਕੇ 500-700 ਪੁਲਿਸ ਮੁਲਾਜ਼ਮ DC SSP ਆ ਜਾਂਦੇ ਆ, ਲੋਕਾਂ ਨੂੰ ਲੱਗਦਾ ਪਤਾ ਨਹੀਂ ਕੀ ਹੋ ਗਿਆ, ਬਲਡੋਜ਼ਰ ਲਿਆਉਂਦੇ ਢਾਉਣ ਲੱਗੇ ਆ ਘਰ। ਸੋ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ, ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ, ਜਿੰਨੀਆਂ ਵੀ ਜਥੇਬੰਦੀਆਂ ਨੇ ਜੋ ਲੜਾਈ ਅੱਜ ਲੋਕਾਂ ਦੇ ਹੱਕਾਂ ਦੀ ਲੜ ਰਹੀਆਂ ਨੇ, ਉਹਨਾਂ ਨੂੰ ਅਪੀਲ ਕਰਦਾ, ਚਾਹੇ ਉਹ ਕਿਸਾਨਾਂ ਦੀ ਹੈ, ਮਜ਼ਦੂਰਾਂ ਦੀ ਹੈ, ਮੁਲਾਜ਼ਮਾਂ ਦੀ ਹੈ, ਕੋਈ ਵੀ ਜਥੇਬੰਦੀ ਹੈ, ਇਹਨਾਂ ਲੋਕਾਂ ਦੇ ਨਾਲ ਅੱਜ ਬਠਿੰਡੇ ਦੇ ਵਿੱਚ ਆ ਕੇ ਖੜ੍ਹਨ ਦੀ ਲੋੜ ਆ ਯਾਰ, ਇਹਨਾਂ ਨੂੰ ਉੱਜੜ ਨਾ ਦਿੱਤਾ ਜਾਵੇ।
देखो जी ये देखो देखो सिद्धू मूसे वाले का जे आप मनीए ज होर भी देखो जी चोन लड़ी गई है ना मैं ये दो कारण मानता जितने के एक तो अंदर खाते जे राजे बड़ेंगर गए समझौता इन्हों का राजे बड़ेंग का आपका बसा बुसा का बाडिया बूडिया वाले केस वो बचाने फिर आपका मास बचाने की खातर अंदर खाते समझौता दूजा जड़ा इन्होंने उत्थे इन्ना जोर लाया सरपंचा डराया कि सोडा असी इनकुआरी खोलांगे सोडे दे परचे दे देंगे डरा के सरपंच नाल तोरे फिर उत्थे होर भी कई कारण रहे लोगों पैसे नाल भी खरीदया गया जाने सारे हथकंडे उत्थे कुल अफसर उत्थे बैठा सी कुल सरकारी मशीनरी दुरवरतों उत्थे हुई है जाने सारे हथकंडे अपना के इन्होंने चोण जीती है मैं मैं दसदा भी जे एडा इन्हां दी लहर हुंदी जिमें कहें कि लोग तो बड़ा साढ़ा 14 महीना की कारगुजारी पसंद करते हैं जी एड्डी लहर होंगी दो दो मुख्यमंत्री लगातार 20-20 दिन जलंधर बैठे रहे हैं सारे इन्हां दे MLA मंत्री SSP DC IGDA कुल अफसर उत्थे बैठा रहा है तो एड्डी इन्ना जोर लाने के बावजूद भी 50-55 हज़ार से जितते हैं जे लहर होंगी वैसे 2 लाख से जित जाना सी भवंत जी अद्धा रहा ना अपने सामने 2-2 लाख से तो लहर सी उदों अज तुसीं देखो मैं जिहड़े अज भी कि जलंधर चिट्टा है नहीं कि पंजाब चिट्टा है नहीं घर घर चिट्टा बढ़ गया 15-15 साल के जवाक टीके ला के मरी जाते हैं पर यार जे साडे लोकां ने निजी गरजा करके आ लालचा करके जां इन्हां नूं ऐ लगदा वी थोड़े नाल कोई लीडर साडे घरे आ गया हाथ मला गया ऐं वोटां पा देणियां फिर नौजवान मामा दे पुत्त भाई ऐं मरने हैं वो मरनगे उन्हां दे भी जिहड़े अज इस गल नूं समझ नहीं रहे क्योंकि इस अग दे लपेटे सारिआं ने आउणा तो इस करके हालात पंजाब के कुल मिला के माड़े जां मैनूं दस दे कोई बंदा वी 14 महीनों की जिहड़ी कारगुजारी है ये सरकार दी उह कीड़ी है पहला चिट्टे की मैं गल कर ही ली है दूजी आपां गल कर दें कि साडे पंजाब का किन्ना पैसा लोगों का पैसा खजाने विच्चों जिहड़ा ये ऐडा दे डा रहे ने बाहरले सूबियां दे विच ऐडा दे रहे ने करोड़ां रुपया डा रहे ने पंजाब का पैसा इकट्ठा करके दिल्ली लिजाया जा रहा जां किहड़े पक्ष तों सरकार ये देख लो नौकरियां ने वो बाहरलिआं नूं देई जांदे आ आ हुण इन्हां ने तुहानूं मैं दसदा भी इन्हां ने हुण पिछे बिजली बोर्ड च बंदे रखे है बिजली बोर्ड के अद्धों ज़्यादा बंदे बाहरले स्टेटां दे बाहरले सूबियां दे रख ले पंजाब दे नौजवान मुंडे कुड़ियां भांसियां दा कहिंदा सी कि कोई धरना नहीं लगू कोई मुजाहरा नहीं हो कोई टैंकी ते नहीं चढ़ू साडे मुंडे कुड़ियां दे अज भी टैंकी ते चढ़े बैठे अज भी सड़कां ते रोल रहे ने नौकरियां ते फिर बाहरलिआं नूं दित्तियां जा रहियां ने जाने पंजाब दा कोई भी पक्ष होवे हुण तुसीं देखो सब तो जिहड़ी वड्डी गल तुसीं देखो पंजाब दे नाल बहुत वड्डा धक्का होण जा रहा